and welcome back to my channel Learn Italian with Navpreet. I hope ki tuhanu meri videos pasand aa rahi hongiyan te useful lag rahi hongiyan. Je kar aida ta please unna nu like te comment karke mainu zarur dassya karo te mere channel nu vi zarur subscribe karyo. Ajj da jehda apna topic hega oh hega parole legate al lavoro. Lavoro hunda kam, parole hunde ne words. Legate means ਜਿਹੜੇ ਕੀ ਕੰਮ ਨਾਲ ਜੁੜੇ ਹੋਏ ਹੋਣ ਕੰਮ ਦੇ ਉੱਤੇ ਜਿਹੜੇ ਯੂਜ਼ ਹੁੰਦੇ ਨੇ ਆਪਾਂ ਅੱਜ ਉਹਨਾਂ ਵਰਡਸ ਦੀ ਗੱਲ ਕਰਾਂਗੇ ਕੁਝ ਆਪਾਂ ਵੋਕੈਬੂਲਰੀ ਦੇਖਾਂਗੇ ਜਿਹੜੇ ਕਿ ਆਪਾਂ ਨੂੰ ਕੰਮ ਦੇ ਵਿੱਚ ਯੂਸਫੁਲ ਹੋਵੇ ਉੱਥੇ ਆਪਾਂ ਨੂੰ ਯੂਜ਼ ਹੁੰਦੇ ਹੋਣ ਵਰਡਸ ਆਪਾਂ ਉਹਨਾਂ ਦੀ ਗੱਲ ਕਰਾਂਗੇ ਅੱਜ ਸੋ ਸਭ ਤੋਂ ਪਹਿਲਾਂ ਹੈਗਾ ਕੰਟਰੈਕਟੋ ਸਭ ਤੋਂ ਪਹਿਲਾਂ ਆਪਾਂ ਕੰਟਰੈਕਟੋ ਦੀ ਗੱਲ ਕਰ ਲਈਏ ਕੰਟਰੈਕਟੋ ਕੀ ਹੁੰਦਾ ਕੰਟਰੈਕਟੋ ਹੁੰਦਾ ਕੰਟਰੈਕਟ ਜਿਹੜਾ ਤੁਹਾਡੇ ਤੇ ਤੁਹਾਡੇ ਮਾਲਕ ਦੇ ਵਿੱਚ ਇੱਕ ਕੰਟਰੈਕਟ ਸਾਈਨ ਹੁੰਦਾ ਉਹ ਉਹਨੂੰ ਕਹਿੰਦੇ ਨੇ ਕੰਟਰੈਕਟੋ ਜਿਹਦੇ ਵਿੱਚ ਲਿਖਿਆ ਹੁੰਦਾ ਤੁਹਾਨੂੰ ਕਿੰਨੇ ਟਾਈਮ ਵਾਸਤੇ ਰੱਖਿਆ ਗਿਆ ਹੈ ਤੇ ਤੁਹਾਡਾ ਕੀ ਕੰਮ ਹੋਏਗਾ ਕਿੰਨੇ ਘੰਟੇ ਕੰਮ ਹੋਏਗਾ ਉਹ ਸਭ ਕੁਝ ਕੰਟਰੈਕਟੋ ਦੇ ਵਿੱਚ ਲਿਖਿਆ ਹੁੰਦਾ ਕੰਟਰੈਕਟੋ ਮੀਨਸ ਕੰਟਰੈਕਟ ਕੰਟਰੈਕਟੋ ਕਈ ਤਰ੍ਹਾਂ ਦਾ ਹੋ ਸਕਦਾ ਆਪਾਂ ਦੇਖਦੇ ਹਾਂ ਕਿਵੇਂ ਕਿਵੇਂ ਦੇ ਕੰਟਰੈਕਟੋ ਹੁੰਦੇ ਨੇ ਸਭ ਤੋਂ ਪਹਿਲਾਂ ਹੈਗਾ ਟੈਂਪੋ ਡਿਟਰਮੀਨਾਟੋ tempo means time matlab time determinato means determined time ki enne time vaste tada contratto hai jive keh lo ki july to leke agli july tak matlab ki ek saal da tada contratto hai oh hega tempo determinato jithe tadi cadenza hoegi matlab ki expiry date hoegi jis contratto de vich onu kehnde ne contratto determinato matlab ki ਇੰਨੇ ਦਿਨ ਤੱਕ ਇੰਨੇ ਟਾਈਮ ਤੱਕ ਆਹ ਮਹੀਨੇ ਤੱਕ ਆਹ ਸਾਲ ਤੱਕ ਠੀਕ ਹੈ ਉਸ ਤੋਂ ਬਾਅਦ ਅੱਗੇ ਆਉਂਦਾ ਟੈਂਪੋ ਇਨਡਿਟਰਮੀਨਾਟੋ ਟੈਂਪੋ ਇਨਡਿਟਰਮੀਨਾਟੋ ਹੁੰਦਾ ਟੈਂਪੋ ਟਾਈਮ ਇਨਡਿਟਰਮੀਨਾਟੋ ਜਿਹਦਾ ਕੋਈ ਐਕਸਪਾਇਰੀ ਡੇਟ ਨਹੀਂ ਹੈਗੀ ਜਿੱਥੇ ਐਕਸਪਾਇਰੀ ਡੇਟ ਜਾਂ ਸਕਾਡੈਂਸਾ ਹੁੰਦੀ ਉੱਥੇ ਖਾਲੀ ਹੁੰਦੀ ਹੈ ਉਹ ਹੈਗਾ ਟੈਂਪੋ ਇਨਡਿਟਰਮੀਨਾਟੋ ਮਤਲਬ ਕਿ ਤੁਹਾਡਾ ਇਹ ਪੱਕਾ ਕੰਮ ਹੈ ਫੀਸੋ ਵੀ ਕਹਿ ਦਿੰਦੇ ਉਹਨੂੰ ਜਿੱਥੇ ਤੁਹਾਡੀ ਐਕਸਪਾਇਰੀ ਡੇਟ ਨਹੀਂ ਹੈਗੀ ਤੁਹਾਨੂੰ ਪੱਕਾ ਫੀਸੋ ਰੱਖਿਆ ਗਿਆ ਉਸ ਕੰਮ ਦੇ ਉੱਤੇ ਉਹ ਹੈਗਾ ਟੈਂਪੋ ਇਨਡਿਟਰਮੀਨਾਟੋ ਉੱਥੇ ਕੰਟਰੈਕਟ ਜਿਹੜਾ ਤੁਹਾਡਾ ਉਹ ਹੈਗਾ ਟੈਂਪੋ ਇਨਡਿਟਰਮੀਨਾਟੋ ਵਾਲਾ ਠੀਕ ਹੈ ਉਸ ਤੋਂ ਬਾਅਦ ਅੱਗੇ ਜਾਂਦੇ ਹਾਂ ਅਪ੍ਰੈਂਟਿਸਟਾਟੋ ਜਿਹੜਾ ਇਹ ਕੰਟਰੈਕਟ ਹੁੰਦਾ ਅਪ੍ਰੈਂਟਿਸਟਾਟੋ ਵਾਲਾ ਇਹ ਜ਼ਿਆਦਾਤਰ 25 ਜਾਂ 29 ਸਾਲ ਤੱਕ ਵਾਲਿਆਂ ਦਾ ਹੁੰਦਾ ਹੈ ਇਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਕੰਮ ਕਰ ਵੀ ਰਹੇ ਹੋ ਤੇ ਨਾਲ ਦੀ ਨਾਲ ਸਿੱਖ ਵੀ ਰਹੇ ਹੋ ਉੱਥੇ ਇਹ ਕੰਟਰੈਕਟੋ ਹੁੰਦਾ ਹੈ ਕੰਟਰੈਕਟੋ ਅਪ੍ਰੈਂਟਿਸਟਾਟੋ ਠੀਕ ਹੈ ਉਸ ਤੋਂ ਬਾਅਦ ਅੱਗੇ ਹੈਗਾ ਤੀਰੋਚੀਨੀਓ ਤੀਰੋਚੀਨੀਓ ਦਾ ਕੰਟਰੈਕਟ ਹੈ ਜਿਹੜਾ ਇਹ ਜ਼ਿਆਦਾਤਰ ਜਦੋਂ ਤੁਸੀਂ ਪੜ੍ਹਾਈ ਕਰਕੇ ਹਟਦੇ ਹੋ ਪਹਿਲੇ ਸਾਲ ਦੇ ਵਿੱਚ ਹੀ ਜਦੋਂ ਤੁਸੀਂ ਕੰਮ ਕਰਦੇ ਹੋ ਉੱਥੇ ਕੰਟਰੈਕਟੋ ਤੀਰੋਚੀਨੀਓ ਹੁੰਦਾ ਮਤਲਬ ਕਿ ਤੁਸੀਂ ਹੁਣੇ ਪੜ੍ਹਾਈ ਖਤਮ ਕੀਤੀ ਹੈ ਤੇ ਤੁਹਾਡਾ ਕੋਈ ਇੱਥੇ ਵਰਕ ਐਕਸਪੀਰੀਅੰਸ ਨਹੀਂ ਹੈਗਾ ਤੁਸੀਂ ਕੰਮ ਸਿੱਖ ਰਹੇ ਹੋ ਕੰਮ ਕਰ ਵੀ ਰਹੇ ਹੋ ਤੇ ਨਾਲ ਨਾਲ ਸਿੱਖ ਵੀ ਰਹੇ ਹੋ ਉੱਥੇ ਹੁੰਦਾ ਹੈ ਕੰਟਰੈਕਟੋ ਤੀਰੋਚੀਨੀਓ ਉਸ ਤੋਂ ਬਾਅਦ ਅੱਗੇ ਨੇ ਪਾਰਟ ਟਾਈਮ ਕੰਟਰੈਕਟੋ ਪਾਰਟ ਟਾਈਮ ਵੀ ਤੋਂ ਪਤਾ ਲੱਗਦਾ ਹੈ ਕਿ ਪੂਰਾ ਫੁੱਲ ਟਾਈਮ ਹੁੰਦਾ ਹੈ ਜਦੋਂ 8 ਘੰਟੇ ਦਾ ਕੰਟਰੈਕਟੋ ਹੁੰਦਾ ਹੈ ਪਾਰਟ ਟਾਈਮ ਮੀਨਸ 8 ਘੰਟੇ ਤੋਂ ਘੱਟ 6 ਘੰਟੇ ਹੋ ਸਕਦੇ ਹੈ 4 ਘੰਟੇ ਹੋ ਸਕਦੇ ਨੇ 5 ਘੰਟੇ ਹੋ ਸਕਦੇ ਨੇ ਪਾਰਟ ਟਾਈਮ ਉਹਨੂੰ ਕਹਿੰਦੇ ਨੇ ਕੰਟਰੈਕਟੋ ਪਾਰਟ ਟਾਈਮ ਉਸ ਤੋਂ ਬਾਅਦ ਅਗਲਾ ਹੈਗਾ ਆਖਿਆ ਮਾਤਾ ਜਿਹੜਾ ਆਖਿਆ ਮਾਤਾ ਹੁੰਦਾ ਇਹਦੇ ਵਿੱਚ ਤੁਹਾਡਾ ਕੋਈ ਪੱਕਾ ਟਾਈਮ ਨਹੀਂ ਹੈਗਾ ਕਿ ਤੁਸੀਂ ਆਹ ਟਾਈਮ ਤੇ ਕੰਮ ਤੇ ਜਾਣਾ ਹੈ ਆਖਿਆ ਮਾਤਾ ਕਿਆ ਮਾਰੇ ਮੀਨਸ ਕਾਲ ਹੈਨਾ ਇਹ ਕਾਲ ਤੇ ਤੁਹਾਨੂੰ ਜਦੋਂ ਮਾਲਕ ਨੂੰ ਲੋੜ ਪੈਂਦੀ ਹੈ ਉਦੋਂ ਤੁਹਾਨੂੰ ਬੁਲਾਉਂਦੇ ਨੇ ਉਹਨੂੰ ਕਹਿੰਦੇ ਨੇ ਕੰਟਰੈਕਟੋ ਆਖਿਆ ਮਾਤਾ ਮਤਲਬ ਕਿ ਜਦੋਂ ਉਹਨਾਂ ਨੂੰ ਲੋੜ ਹੈ ਉਹ ਤੁਹਾਨੂੰ ਕਾਲ ਕਰਨਗੇ ਤੇ ਤੁਸੀਂ ਕੰਮ ਤੇ ਜਾਓਗੇ ਕੰਟਰੈਕਟੋ ਆਖਿਆ ਮਾਤਾ ਉਸ ਤੋਂ ਬਾਅਦ ਅੱਗੇ ਹੈਗਾ ਇਹ ਕੰਟਰੈਕਟੋ ਨਹੀਂ ਹੈਗਾ ਪ੍ਰੋਰੋਗਾ ਪ੍ਰੋਰੋਗਾ ਹੁੰਦਾ ਜਦੋਂ ਜਿਵੇਂ ਤੁਹਾਡਾ ਮੈਂ ਆਪਾਂ ਪਹਿਲਾਂ ਕਿਤੇ ਸੀ ਡਿਟਰਮੀਨਾਟੋ ਕੰਟਰੈਕਟੋ ਹੈ ਇਹਨਾਂ ਚ ਕੋਈ ਕੰਟਰੈਕਟ ਹੈ ਜਿੱਥੇ ਤੁਹਾਡਾ ਕੰਟਰੈਕਟੋ ਖਤਮ ਹੋ ਰਿਹਾ ਉਸ ਤੋਂ ਬਾਅਦ ਅੱਗੇ ਪ੍ਰੋਰੋਗਾ ਹੋਇਆ ਪ੍ਰੋਰੋਗਾ ਵੀ ਤੁਹਾਡੇ ਕੰਟਰੈਕਟੋ ਨੂੰ ਅੱਗੇ ਵਧਾ ਦਿੱਤਾ ਗਿਆ ਉੱਥੇ ਹੁੰਦਾ ਪ੍ਰੋਰੋਗਾ ਉਹਨੂੰ ਕਹਿੰਦੇ ਪ੍ਰੋਰੋਗਾ ਮਤਲਬ ਕਿ ਕੰਟਰੈਕਟੋ ਨੂੰ ਅੱਗੇ ਵਧਾ ਦੇਣਾ ਪ੍ਰੋਰੋਗਾ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਕੁਝ ਹੋਰ ਵਰਡਸ ਦੇਖਦੇ ਹਾਂ ਬੂਸਟਾ ਪਾਗਾ ਬੂਸਟਾ ਪਾਗਾ ਹੁੰਦਾ ਜਿਹੜੀ ਸੈਲਰੀ ਦੀ ਸਲਿੱਪ ਹੁੰਦੀ ਹੈ ਬੂਸਟਾ ਪਾਗਾ ਜਿਹਦੇ ਵਿੱਚ ਲਿਖਿਆ ਹੁੰਦਾ ਤੁਸੀਂ ਇਸ ਮਹੀਨੇ ਇੰਨੇ ਘੰਟੇ ਲਾਏ ਇੰਨੀ ਤੁਹਾਨੂੰ ਪੈਸੇ ਆਏ ਠੀਕ ਹੈ ਉਹ ਹੈਗਾ ਬੂਸਟਾ ਪਾਗਾ ਸੈਲਰੀ ਸਲਿੱਪ ਸਟਿਪੈਂਡਿਓ ਸਟਿਪੈਂਡਿਓ ਹੁੰਦੀ ਹੈ ਤੁਹਾਡੀ ਤਨਖਾਹ ਸੈਲਰੀ ਸਟਿਪੈਂਡਿਓ
ਐਕਸਟਰਾਆਰਡੀਨਰੀ ਐਕਸਟਰਾਆਰਡੀਨਰੀ ਦਾ ਜਿਹੜੇ ਐਕਸਟਰਾ ਘੰਟੇ ਜਿਹੜੇ ਤੁਸੀਂ ਲਾਉਂਦੇ ਹੋ, ਜਿਵੇਂ ਅਗਰ ਤੁਹਾਡਾ ਕੰਟਰੈਕਟ 8 ਘੰਟੇ ਦਾ ਹੈ, ਜੇ ਤੁਸੀਂ 9 ਘੰਟਾ ਲਾਉਂਦੇ ਹੋ ਜਾਂ 10 ਘੰਟੇ ਲਾਉਂਦੇ ਹੋ, ਉਹ ਹੈਗੇ ਐਕਸਟਰਾਆਰਡੀਨਰੀ, ਮਤਲਬ ਕਿ ਕੰਟਰੈਕਟ ਤੋਂ ਉੱਪਰ ਜਿਹੜੇ ਤੁਸੀਂ ਐਕਸਟਰਾ ਘੰਟੇ ਲਾ ਰਹੇ ਹੋ, ਐਕਸਟਰਾਆਰਡੀਨਰੀ ਐਕਸਟਰਾ ਘੰਟੇ। ਮਲਤੀਆ, ਮਲਤੀਆ ਹੁੰਦੀ ਹੈ ਬਿਮਾਰ, ਅਗਰ ਤੁਸੀਂ ਬਿਮਾਰ ਹੋ ਗਏ ਹੋ ਤਾਂ ਜਿਹੜੀ ਤੁਸੀਂ ਬਿਮਾਰੀ ਦੀ ਛੁੱਟੀ ਲੈਣੀ ਹੈ ਉਹ ਹੈਗੀ ਮਲਤੀਆ। ਇਨਫੋਰਟੂਨੀ ਹੁੰਦੀ ਹੈ ਜਦੋਂ ਤੁਸੀਂ ਕੰਮ ਤੇ ਤੁਹਾਨੂੰ ਸੱਟ ਲੱਗ ਜਾਂਦੀ ਹੈ, ਉਹ ਹੁੰਦੀ ਹੈ ਇਨਫੋਰਟੂਨੀਓ। ਪੈਨਸ਼ਨ ਕੌਂਟਰੀਬੂਟੀ, ਜਿਹੜਾ ਤੁਹਾਡਾ ਮਾਲਕ ਤੁਹਾਡਾ ਟੈਕਸ ਉਤਾਰਦਾ ਉਹ ਹੈਗਾ ਕੌਂਟਰੀਬੂਟੀ। ਦੱਤੋਰੇ ਦੀ ਲਾਬੋਰੋ ਹੈਗਾ ਤੁਹਾਡਾ ਕੰਮ ਦਾ ਮਾਲਕ, ਦੱਤੋਰੇ ਦੀ ਲਾਬੋਰੋ ਮਾਲਕ। ਤ੍ਰੇ ਦੀ ਚੀਜ਼ੀਮਾ, ਜਿਹੜੀ 12 ਤਨਖਾਹਾਂ ਤੋਂ ਬਾਅਦ ਇੱਕ ਤਨਖਾਹ ਆਉਂਦੀ ਹੈ ਜਿਹੜੀ ਉਹਨੂੰ ਕਹਿੰਦੇ ਤ੍ਰੇ ਦੀ ਚੀਜ਼ੀਮਾ, ਜਿਹੜੀ ਕਿ ਜੂਨ ਦੇ ਵਿੱਚ ਆਉਂਦੀ ਹੈ। ਕੁਆਤੌਰ ਦੀ ਚੀਜ਼ੀਮਾ, ਦਸੰਬਰ ਦੇ ਵਿੱਚ ਇੱਕ ਐਕਸਟਰਾ ਤਨਖਾਹ ਜਿਹੜੀ ਆਉਂਦੀ ਉਹ ਹੈਗੀ ਕੁਆਤੌਰ ਦੀ ਚੀਜ਼ੀਮਾ। ਐਕਸਪੀਰੀਐਂਸਾ ਹੁੰਦਾ ਐਕਸਪੀਰੀਅੰਸ, ਕੰਮ ਦਾ ਐਕਸਪੀਰੀਅੰਸ ਐਕਸਪੀਰੀਐਂਸਾ। ਕੁਰੀਕੁਲਮ ਹੁੰਦਾ ਤੁਹਾਡਾ ਬਾਇਓਡਾਟਾ, ਕੁਰੀਕੁਲਮ। ਕੋਲੇਗਾ, ਜਿਹੜੇ ਤੁਹਾਡੇ ਕੰਮ ਦੇ ਤੁਹਾਡੇ ਨਾਲ ਕੰਮ ਕਰਦੇ ਨੇ, ਤੁਹਾਡੇ ਸਾਥੀ ਕੰਮ ਦੇ, ਉਹ ਹੈਗੇ ਕੋਲੇਗਾ। ਅਸੇਨੀ ਫੈਮਿਲੀਆਰੀ, ਜਿਹੜੇ ਫੈਮਿਲੀ ਦੇ ਪੈਸੇ ਸਰਕਾਰ ਵੱਲੋਂ ਤੁਹਾਨੂੰ ਆਉਂਦੇ ਨੇ ਉਹ ਬੂਸਤੇ ਪਾਗੇ ਦੇ ਵਿੱਚ, ਉਹ ਹੈਗੇ ਅਸੇਨੀ ਫੈਮਿਲੀਆਰੀ। ਐਂਡ ਵਿੱਚ ਹੈਗਾ ਚੀਕੂ, ਇੱਕ ਦੋ ਸਾਲ ਪਹਿਲਾਂ ਤੱਕ ਹੁੰਦਾ ਸੀ ਕੁੱਦ, ਹੁਣ ਇਹ ਚੀਕੂ ਰਹਿ ਗਿਆ, ਜਿਹਦੇ ਵਿੱਚ ਤੁਹਾਡੀ ਐਨੂਅਲ ਇਨਕਮ, ਸਾਰੇ ਸਾਲ ਦੀ ਇਨਕਮ ਜਿਹੜੀ ਤੁਸੀਂ ਕਮਾਏ ਉਹ ਉਹਦੇ ਵਿੱਚ ਕਾਊਂਟ ਹੋ ਕੇ ਉਹਦੇ ਵਿੱਚ ਲਿਖੀ ਜਾਂਦੀ ਹੈ, ਉਹ ਹੈਗਾ ਚੀਕੂ। ਓਕੇ, ਅੱਗੇ ਚੱਲਦੇ ਹਾਂ। ਲਾਬੋਰੋ ਡਿਪੈਂਡੈਂਟੇ, ਜਦੋਂ ਤੁਸੀਂ ਕਿਸੇ ਦੇ ਉੱਤੇ ਡਿਪੈਂਡ ਹੁੰਦੇ ਹੋ, ਤੁਹਾਡਾ ਕੋਈ ਮਾਲਕ ਹੁੰਦਾ ਉਹ ਹੈਗਾ ਲਾਬੋਰੋ ਡਿਪੈਂਡੈਂਟੇ। ਲਾਬੋਰੋ ਆਟੋਨੋਮੋ, ਜਿਹੜਾ ਤੁਹਾਡਾ ਆਪਣਾ ਕੰਮ ਹੈ, ਤੁਹਾਡਾ ਕੋਈ ਮਾਲਕ ਨਹੀਂ, ਤੁਹਾਡਾ ਆਪਣਾ ਕੰਮ ਹੈ, ਲਾਬੋਰੋ ਆਟੋਨੋਮੋ। ਲਾਬੋਰੋ ਆਓਰੇ, ਤੁਹਾਡਾ ਘੰਟਿਆਂ ਦੇ ਕੰਮ ਹੈ, ਲਾਬੋਰੋ ਆਓਰੇ। ਲਾਬੋਰੋ ਅਜੋਰਨਾਦਾ ਮੀਨਸ ਦਿਹਾੜੀ ਦਾ ਕੰਮ, ਦਿਨ ਦਾ ਕੰਮ, ਜੋਰਨੋ ਹੁੰਦਾ ਦਿਨ, ਸੋ ਦਿਹਾੜੀ ਦਾ ਕੰਮ। ਲਾਬੋਰੋ ਆ ਡੋਮਿਚੀਲੀਓ, ਡੋਮਿਚੀਲੀਓ ਹੁੰਦਾ ਘਰ, ਸੋ ਘਰ ਤੋਂ ਜਿਹੜੇ ਕੰਮ ਕਰਦੇ ਨੇ ਉਹ ਹੈਗਾ ਲਾਬੋਰੋ ਆ ਡੋਮਿਚੀਲੀਓ। ਲਾਬੋਰੋ ਨੇਰੋ ਮੀਨਸ ਕੰਟਰੈਕਟੋ ਨਹੀਂ ਹੈਗਾ, ਨੇਰੋ ਚ ਕੰਮ ਹੈ, ਲਾਬੋਰੋ ਨੇਰੋ ਬਲੈਕ, ਨੇਰੋ ਮੀਨਸ ਬਲੈਕ, ਸੋ ਬਲੈਕ ਚ ਕੰਮ ਹੈ, ਲਾਬੋਰੋ ਨੇਰੋ। ਲਾਬੋਰੋ ਆ ਤੂਰਨੀ, ਤੂਰਨੀ ਹੁੰਦੀ ਹੈ ਸ਼ਿਫਟਸ ਦੇ ਵਿੱਚ ਕੰਮ ਹੋਣਾ, ਲਾਬੋਰੋ ਆ ਤੂਰਨੀ। ਲਾਬੋਰੋ ਮਨੁਆਲੇ, ਮਨੁਆਲੇ ਹੁੰਦਾ ਹੱਥਾਂ ਨਾਲ ਜਿਹੜਾ ਕੰਮ ਕਰਨ ਵਾਲਾ, ਮਨੁਆਲੇ ਮਾਨੀ ਹੁੰਦੇ ਨੇ ਹੱਥ, ਲਾਬੋਰੋ ਮਨੁਆਲੇ ਹੱਥੀਂ ਜਿਹੜਾ ਕੰਮ ਕਰਨਾ ਉਹ। ਜਾਂ ਫਿਰ ਹੁੰਦਾ ਲਾਬੋਰੋ ਇੰਟੈਲੈਕਚੁਅਲ, ਇੰਟੈਲੈਕਚੁਅਲ ਕੰਮ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਕਿ ਦਿਮਾਗ ਨਾਲ ਕੰਮ ਕਰਨਾ, ਹੱਥਾਂ ਨਾਲ ਕੰਮ ਨਹੀਂ ਕਰਨਾ। ਓਕੇ ਓਕੇ, ਅੱਗੇ ਚੱਲਦੇ ਹਾਂ। ਪੋਸਟੋ ਦੀ ਲਾਬੋਰੋ, ਪੋਸਟੋ ਦੀ ਲਾਬੋਰੋ ਹੁੰਦਾ ਕੰਮ ਦੀ ਥਾਂ, ਕੰਮ ਦੀ ਜਗ੍ਹਾ, ਪੋਸਟੋ ਦੀ ਲਾਬੋਰੋ। ਜੋਰਨੀ ਲਾਬੋਰਾ ਤੀਵੀ, ਮਤਲਬ ਕਿ ਕੰਮ ਵਾਲੇ ਦਿਨ, ਜੋਰਨੀ ਲਾਬੋਰਾ ਤੀਵੀ, ਜਿਵੇਂ ਮੰਡੇ ਤੋਂ ਲੈ ਕੇ ਫਰਾਈਡੇ ਤੱਕ, ਜੋਰਨੀ ਲਾਬੋਰਾ ਤੀਵੀ, ਇਹ ਵਰਕਿੰਗ ਡੇਜ਼ ਨੇ, ਵਰਕਿੰਗ ਡੇਜ਼, ਜੋਰਨੀ ਲਾਬੋਰਾ ਤੀਵੀ। ਜੋਰਨੀ ਫੈਸਟੀਵੀ, ਜਦੋਂ ਸਰਕਾਰੀ ਛੁੱਟੀ ਹੁੰਦੀ ਹੈ, ਜੋਰਨੀ ਫੈਸਟੀਵੀ, ਠੀਕ ਹੈ। ਜੋਰਨੀ ਦੀ ਫੇਰੀਏ, ਇੱਥੇ ਕੰਮ ਚੱਲ ਰਿਹਾ ਬਟ ਤੁਸੀਂ ਛੁੱਟੀ ਲਿੱਤੀ ਹੈ, ਤੁਸੀਂ ਹੋਲੀਡੇਜ਼ ਕੀਤੀਆਂ ਨੇ, ਜੋਰਨੀ ਦੀ ਫੇਰੀਏ, ਉਹ ਹੁੰਦੇ ਫੇਰੀਏ, ਮਤਲਬ ਕਿ ਮੈਂ ਛੁੱਟੀਆਂ ਲਈਆਂ ਨੇ ਬਟ ਕੰਮ ਚੱਲ ਰਿਹਾ, ਸਰਕਾਰੀ ਛੁੱਟੀ ਨਹੀਂ ਹੈਗੀ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਵਕਾਂਸੇ ਵੀ ਕਹਿ ਦਿੰਦੇ ਹਾਂ, ਹੋਲੀਡੇਜ਼, ਵਕਾਂਸੇ, ਠੀਕ ਹੈ, ਛੁੱਟੀਆਂ। ਉਸ ਤੋਂ ਬਾਅਦ ਜੋਰਨੋ ਦੀ ਰਿਪੋਜ਼ੋ, ਜਦੋਂ ਤੁਹਾਡਾ ਰੈਸਟ ਡੇ ਹੁੰਦਾ ਹੈ, ਜਿਹੜੇ ਸ਼ਨੀ ਐਤਵਾਰ ਕੰਮ ਕਰਦੇ ਨੇ ਉਹਨਾਂ ਦੇ ਹਫਤੇ ਦੇ ਵਿੱਚ ਇੱਕ ਜੋਰਨੋ ਦੀ ਰਿਪੋਜ਼ੋ ਹੁੰਦਾ, ਉਹ ਹੈਗਾ ਰੈਸਟ ਡੇ, ਠੀਕ ਹੈ। ਪਾਊਜ਼ਾ, ਪਾਊਜ਼ਾ ਹੁੰਦੀ ਹੈ ਬ੍ਰੇਕ, ਕੰਮ ਦੇ ਵਿੱਚ ਤੁਹਾਡੇ 4 ਘੰਟੇ ਬਾਅਦ ਪਾਊਜ਼ਾ ਹੁੰਦਾ ਰੋਟੀ ਖਾਣ ਵਾਸਤੇ, ਪਾਊਜ਼ਾ, ਬ੍ਰੇਕ। ਮੇਨਸਾ, ਉਹ ਰੂਮ ਜਿੱਥੇ ਤੁਸੀਂ ਬਹਿ ਕੇ ਰੋਟੀ ਖਾਂਦੇ ਹੋ, ਮੇਨਸਾ, ਠੀਕ ਹੈ। ਸਪੋਲੀਆ ਤੋਇਓ, ਚੇਂਜਿੰਗ ਰੂਮ, ਜਿੱਥੇ ਤੁਸੀਂ ਚੇਂਜ ਕਰਦੇ ਹੋ, ਕੱਪੜੇ ਚੇਂਜ ਕਰਦੇ ਹੋ, ਸਪੋਲੀਆ ਤੋਇਓ, ਠੀਕ ਹੈ ਜੀ। ਓਕੇ, ਇਸ ਤੋਂ ਬਾਅਦ ਅੱਗੇ ਵੱਧਦੇ ਹਾਂ। ਚੇਂਟਰੋ ਪਰਲਿੰਪੀਏਗੋ, ਚੇਂਟਰੋ ਪਰਲਿੰਪੀਏਗੋ ਹੁੰਦਾ ਇੰਪਲੋਇਮੈਂਟ
सेंटर इंप्लॉयमेंट सेंटर जिथे तुसी काम वास्ते अप्लाई कर सकते हो या फिर ऑफिशियल कोलोकामेंटो मींस एम्प्लॉयमेंट ऑफिस रोजगार केंद्र रोजगार ऑफिस ओथे जिथे की तुसी काम वास्ते रोजगार वास्ते अप्लाई करते हो ठीक है चेंट्रो पर लिम्पिएगो या फिर ऑफिशियल कोलोकामेंटो डोमांडा दी लवोरो मींस काम दा डोमांडा करना काम वास्ते जॉब वास्ते अप्लाई करना डोमांडा दी लवोरो डिसोकुपाज़ियोने मींस बेरोजगार होना डिसोकुपातो होना डिसोकुपाज़ियोने ठीक है मॉर्गुली हमने फॉर्म जेड़े तुसी सेंट्रो पर लिम्पिएगो से जाके फॉर्म भरने हैं उन्होंने कहते ने मॉर्गुली एक फॉर्म मॉडुलो एजेंसियां दी लवोरो इस तो सिवाय तुसी काम दे जड़ियां एजेंसियां होंदियां ने उथे जाके भी अप्लाई कर सकदे हो जॉब वास्ते एजेंसियां दी लवोरो ओके इस तो बाद अगे चलदे हां हुण देखदे हां काम दे उत्ते आपां नूं केड़े-केड़े वर्ड्स दी लोड पै सकदी है मैं कुछ कोशिश कीती है कि ज्यादा तो ज्यादा तुहानूं लेके आ सकां तुहानूं दस सकां वर्ड्स जिवें कि फैब्रिका च पहला देखदे हां फैब्रिका होंदी फैक्ट्री ठीक है फैब्रिका मींस फैक्ट्री फैक्ट्री ਦੇ ਵਿੱਚ ਕਿਹੜੇ-ਕਿਹੜੇ ਵਰਡਸ ਦੇ ਆਪਾਂ ਲੋੜ ਪੈ ਸਕਦੀ ਹੈ ਓਪੇਰਾਇਓ ਜਾਂ ਓਪੇਰਾਇਆ ਓਪੇਰਾਇਓ ਹੁੰਦਾ ਵਰਕਰ ਜਿਹੜਾ ਫੈਕਟਰੀ 'ਚ ਕੰਮ ਕਰਦਾ ਹੈ ਓਪੇਰਾਇਆ ਗਰਲਸ ਵਾਸਤੇ ਵਰਤੇ ਜਾਂਦੇ ਆ ਬॉयਜ਼ ਵਾਸਤੇ ਮੇਲਸ ਵਾਸਤੇ ਓਪੇਰਾਇਓ ਠੀਕ ਹੈ ਉਸ ਤੋਂ ਬਾਅਦ ਆ ਗਿਆ ਕਾਪੋ ਕਾਪੋ ਹੁੰਦਾ ਬੌਸ ਜਿਹੜਾ ਸਾਰਾ ਕੁਝ ਕਰਦਾ ਹੈ ਕਾਪੋ ਕਾਪੋ ਬੌਸ ਰੈਸਪੋਨਸਿਬਿਲੀ ਰੈਸਪੋਨਸਿਬਿਲੀ ਹੁੰਦਾ ਮੈਨੇਜਰ ਜਿਹੜਾ ਸਾਰਾ ਕੁਝ ਦੇਖਦਾ ਹੈ ਮੈਨੇਜਰ ਰੈਸਪੋਨਸਿਬਿਲੀ ਮੁਲੇਟੋ ਮੁਲੇਟੋ ਹੁੰਦਾ ਫੋਕਲਿਫਟ ਠੀਕ ਹੈ ਜਿਹੜੀ ਜਿਹਦੇ ਨਾਲ ਆਪਾਂ ਬੰਕਾਲੇ ਵਗੈਰਾ ਚੱਕਦੇ ਹਾਂ ਮੁਲੇਟੋ ਤੂਤਾ ਜਿਹੜੇ ਕੱਪੜੇ ਨੇ ਜਿਹੜੀ ਯੂਨੀਫਾਰਮ ਹੈ ਤੂਤਾ ਨਾਸਤਰੋ ਜਿਹੜੀ ਚੱਲਦੀ ਆ ਰਹੀ ਹੈ ਇੱਕ ਲਾਈਨ ਜਿਹੜੀ ਹੁੰਦੀ ਹੈ ਜਿਹੜੀ ਚੱਲਦੀ ਹੈ ਤਾਂ ਵੇਅਰ ਜਿਹਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ ਜਿਹਦੇ ਉੱਤੇ ਸਾਰਾ ਕੁਝ ਰੱਖਿਆ ਹੁੰਦਾ ਜਿਹੜੀ ਚੱਲਦੀ ਹੈ ਤੁਸੀਂ ਆਪਣਾ ਕੰਮ ਕਰਨਾ ਹੈ ਉਸ ਬਾਅਦ ਅਗਲੇ ਨੇ ਆਪਣਾ ਕਰਨਾ ਹੈ ਨਾਸਤਰੋ ਪੀਂਸਾ 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 ਹੁੰਦਾ ਪਲਾਸ ਪੀਂਸਾ ਕੱਚਾ ਵੀਤੇ ਹੁੰਦਾ ਪੇਚਕਸ ਕੱਚਾ ਵੀਤੇ ਕਿਆ ਵੇ ਇੰਗਲੇਜ਼ੇ ਹੁੰਦਾ ਰੈਂਚ ਕਿਆ ਵੇ ਇੰਗਲੇਜ਼ੇ ਕਤੇਨਾ ਦੀ ਮੋਂਟਾਜੋ ਮੋਂਟਾਜੋ ਹੁੰਦਾ ਅਸੈਂਬਲ ਕਰਨਾ ਸਾਰੀ ਚੀਜ਼ਾਂ ਨੂੰ ਇੱਕ ਤਰ੍ਹਾਂ ਦੇ ਅਸੈਂਬਲ ਕਰਨਾ ਕਤੇਨਾ ਹੁੰਦੀ ਹੈ ਜਿਹੜੀ ਲਾਈਨ ਚੱਲ ਰਹੀ ਹੁੰਦੀ ਹੈ ਕਤੇਨਾ ਦੀ ਮੋਂਟਾਜੋ ਲਾਈਨ ਮਤਲਬ ਕਿ ਅਸੈਂਬਲੀ ਲਾਈਨ ਰੀਯੂਨੀਓਨੇ ਮਤਲਬ ਮੀਟਿੰਗ ਟਿੰਬਰੋ ਪਰ ਕਰਤੇ ਲੀਨੀ ਜਦੋਂ ਤੁਸੀਂ ਜਾਂਦੇ ਹੋ ਉੱਥੇ ਤੁਹਾਡੇ ਕਾਰਡਸ ਬਣੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਸਟੈਂਪ ਕਰਨਾ ਹੈ ਕਿ ਤੁਸੀਂ ਕਿੰਨੇ ਵਜੇ ਐਂਟਰ ਕੀਤੇ ਕਿੰਨੇ ਵਜੇ ਐਗਜ਼ਿਟ ਕੀਤਾ ਉਹ ਹੁੰਦੀ ਹੈ ਟਿੰਬਰੋ ਕਰਨਾ ਟਿੰਬਰਾਰੇ ਕਰਨਾ ਮਤਲਬ ਕਿ ਸਟੈਂਪ ਲਗਾਉਣੀ ਟਿੰਬਰੋ ਪਰ ਕਰਤੇ ਲੀਨੀ ਹੁੰਦੇ ਜਿਹੜੇ ਕਾਰਡਸ ਤੁਹਾਡੇ ਬਣੇ ਹੁੰਦੇ ਨੇ ਠੀਕ ਹੈ ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਕੁਝ ਹੋਰ ਵਰਡਸ ਦੇਖਦੇ ਹਾਂ ਕੰਤੀਏਰੇ ਕੰਤੀਏਰੇ ਹੁੰਦਾ ਸਾਈਟ ਤੇ ਕੰਮ ਕਰਨਾ ਸਾਈਟ ਤੇ ਕੰਮ ਕਰਨਾ ਜਿਵੇਂ ਜਿਹੜੇ ਮਿਸਤਰੀ ਵਗੈਰਾ ਨੇ ਉਹ ਅਲੱਗ ਅਲੱਗ ਉਹਨਾਂ ਦੀ ਫਿਕਸ ਜਗ੍ਹਾ ਨਹੀਂ ਹੁੰਦੀ ਉਹਨਾਂ ਦੀ ਸਾਈਟਸ ਹੁੰਦੀਆਂ ਨੇ ਕਦੀ ਕਿਤੇ ਕੰਮ ਕਰਦੇ ਨੇ ਕਦੀ ਕਿਤੇ ਕੰਮ ਕਰਦੇ ਉਹਨੂੰ ਕਹਿੰਦੇ ਕੰਤੀਏਰੇ ਸਾਈਟ ਤੇ ਕੰਮ ਕਰਨਾ ਸਭ ਤੋਂ ਪਹਿਲਾਂ ਜਿਵੇਂ ਉੱਥੇ ਕਿਹੜੇ ਵਰਡਸ ਯੂਜ਼ ਹੋ ਸਕਦੇ ਨੇ ਗਰੂ ਗਰੂ ਹੁੰਦਾ ਹੈ ਕ੍ਰੇਨ ਗਰੂ ਬੇਤੋਨੀਏਰਾ ਜਿਹੜਾ ਕੰਕਰੀਟ ਮਿਕਸਚਰ ਹੁੰਦਾ ਵੱਡਾ ਸਾਰਾ ਬੇਤੋਨੀਏਰਾ ਬੇਤੋਨੀਏਰਾ ਮੱਤੋਲੀ ਹੁੰਦੀ ਹੈ ਇੱਟਾਂ ਮੱਤੋਲੀ ਚੇਮੇਂਟੋ ਹੁੰਦਾ ਸੀਮੈਂਟ ਚੇਮੇਂਟੋ ਮੂਰਾਤੋਰੇ ਹੁੰਦਾ ਮਿਸਤਰੀ ਮੂਰਾਤੋਰੇ ਕਾਰਪੈਂਟੀਏਰੇ ਹੁੰਦਾ ਕਾਰਪੈਂਟਰ ਤਰਖਾਨ ਕਾਰਪੈਂਟੀਏਰੇ ਠੀਕ ਹੈ ਉਸ ਬਾਅਦ ਅਸੀਂ ਦੇਖਦੇ ਹਾਂ ਰੈਸਟੋਰੈਂਟੇ ਰੈਸਟੋਰੈਂਟ ਰੈਸਟੋਰੈਂਟੇ ਰੈਸਟੋਰੈਂਟੇ ਰੈਸਟੋਰੈਂਟ ਉੱਥੇ ਕੀ ਆਪਾਂ ਨੂੰ ਜ਼ਰੂਰਤ ਪੈ ਸਕਦੀ ਹੈ ਤੁਸੀਂ ਉੱਥੇ ਕੰਮ ਕਰਦੇ ਹੋ ਕਾਮੇਰੀਏਰੇ ਕਾਮੇਰੀਏਰੇ ਹੁੰਦਾ ਵੇਟਰ ਕੁਕੋ ਹੁੰਦਾ ਕੁੱਕ ਕੁਕੋ ਜਿਹੜਾ ਖਾਣਾ ਬਣਾਉਂਦਾ ਹੈ ਲਾਵਾ ਪਿਆਤੀ ਜਿਹੜਾ ਭਾਂਡੇ ਮਾਂਜਦਾ ਪਿਆਤੀ ਹੁੰਦੀ ਹੈ ਪਲੇਟਸ ਲਾਵਾ ਪਿਆਤੀ ਵੀ ਉਹਨਾਂ ਨੂੰ ਮਾਂਜਣ ਵਾਲਾ ਲਾਵਾ ਪਿਆਤੀ ਕਲੀਐਂਟੇ ਹੁੰਦਾ ਕਲਾਇੰਟ ਜਿਹੜਾ ਖਾਣਾ ਖਾਣਾਉਂਦਾ ਹੈ ਮਾਂਚਾ ਹੁੰਦਾ ਟਿਪ ਜਿਹੜੀ ਕਿ ਜ਼ਿਆਦਾਤਰ ਟਿਪ ਛੱਡ ਕੇ ਜਾਂਦੇ ਨੇ ਮਾਂਚਾ ਵਸਾਯੋ ਹੁੰਦਾ ਟ੍ਰੇ ਗ੍ਰੈਂਬਿਊਲੇ ਹੁੰਦਾ ਐਪਰਨ ਜਿਹੜਾ ਕਿ ਕੁੱਕ ਵਗੈਰਾ ਜ਼ਿਆਦਾਤਰ ਪਾਉਂਦੇ ਨੇ ਗ੍ਰੈਂਬਿਊਲੇ ਠੀਕ ਹੈ ਐਪਰਨ ਓਕੇ ਇਸ ਤੋਂ ਬਾਅਦ ਅੱਗੇ ਦੇਖਦੇ ਆ ਉਫੀਚੋ
ਦਾ ਆਫਿਸ ਉੱਥੇ ਜਿਹੜਾ ਜਿਹੜੇ ਆਫਿਸ 'ਚ ਕੰਮ ਕਰਦੇ ਨੇ ਉਹਨਾਂ ਨੂੰ ਕਿਹੜੇ ਵਰਡਸ ਦੀ ਲੋੜ ਪੈ ਸਕਦੀ ਹੈ ਇੰਪੀਏਗਾਤੋ ਜਾਂ ਇੰਪੀਏਗਾਤਾ ਜਿਹੜੇ ਆਫਿਸ 'ਚ ਕੰਮ ਕਰਦੇ ਨੇ ਆਫਿਸ 'ਚ ਕੰਮ ਵਾਲੇ ਕਰਨ ਵਾਲੇ ਕਰਮਚਾਰੀ ਉਹਨਾਂ ਨੂੰ ਕਹਿੰਦੇ ਨੇ ਇੰਪੀਏਗਾਤੋ ਜਾਂ ਇੰਪੀਏਗਾਤਾ ਫੋਰ ਫੀਮੇਲਸ ਇੰਪੀਏਗਾਤੋ ਫੋਰ ਮੇਲ ਸੈਕਰੇਟਾਰੀਆ ਜਿਹੜੇ ਰਿਸੈਪਸ਼ਨਿਸਟ ਹੁੰਦੇ ਨੇ ਰਿਸੈਪਸ਼ਨਿਸਟ ਸੈਕਰੇਟਾਰੀਆ ਸਪੋਰਟੈਲੋ ਸਪੋਰਟੈਲੋ ਹੁੰਦਾ ਫਰੰਟ ਆਫਿਸ ਜਿਹੜਾ ਆਫਿਸ ਹੁੰਦਾ ਫਰੰਟ ਆਫਿਸ ਉਹਨੂੰ ਕਹਿੰਦੇ ਨੇ ਸਪੋਰਟੈਲੋ ਉਤੇਂਤੇ ਜਿਹੜਾ ਉੱਥੇ ਕੰਮ ਕਰਵਾਉਣਾ ਹੈ ਉਤੇਂਤੇ ਜਿਵੇਂ ਰੈਸਟੋਰੈਂਟ 'ਚ ਜਿਹੜਾ ਆਇਆ ਸੀ ਉਹ ਕਲੀਏਂਟੇ ਸੀਗਾ ਕਲਾਇੰਟ ਸੀਗਾ ਜਿਹੜਾ ਆਫਿਸ 'ਚ ਕੰਮ ਕਰਵਾਉਣਾ ਹੈ ਉਹ ਉਤੇਂਤੇ ਹੈ ਸਕ੍ਰਿਵਾਨੀਆ ਡੈਸਕ ਟੇਬਲ ਸਕ੍ਰਿਵਾਨੀਆ ਜਿਹਦੇ ਉੱਤੇ ਬਹਿ ਕੇ ਲਿਖਦੇ ਨੇ ਜਿਹਦੇ ਉੱਤੇ ਉਹ ਕੰਮ ਕਰਦੇ ਨੇ ਡੈਸਕ ਟੇਬਲ ਕੰਪਿਊਟਰ ਰੈਸਪੋਂਸਾਬਿਲੇ ਮੀਨਸ ਮੈਨੇਜਰ ਜਿਹੜਾ ਪੂਰੇ ਆਫਿਸ ਦਾ ਮੈਨੇਜਰ ਹੈ ਰੈਸਪੋਂਸਾਬਿਲੇ ਠੀਕ ਹੈ ਜੀ ਸੋ ਇਹ ਸੀ ਕੁਛ ਜ਼ਰੂਰੀ ਵਰਡਸ ਜਿਹੜੇ ਕੰਮ ਨਾਲ ਰਿਲੇਟਡ ਹੈ ਮੈਂ ਕੋਸ਼ਿਸ਼ ਕੀਤੀ ਹੈ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਦੱਸ ਸਕਾਂ ਜ਼ਿਆਦਾ ਤੋਂ ਜ਼ਿਆਦਾ ਵਰਡਸ ਜਿਹਨਾਂ ਦੀ ਜਾਣਕਾਰੀ ਦੇ ਸਕਾਂ ਅਤੇ ਆਈ ਹੋਪ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ ਸਾਰੇ ਵਰਡ ਰਹਿ ਵੀ ਗਏ ਹੋਣਗੇ ਜਿਹੜੇ ਮੈਂ ਨਹੀਂ ਦੱਸੇ ਹੈਗੇ ਅਤੇ ਤੁਸੀਂ ਮੇਰੇ ਤੋਂ ਕਮੈਂਟ ਕਰਕੇ ਉਹ ਵਰਡਸ ਪੁੱਛ ਵੀ ਸਕਦੇ ਹੋ ਅਗਰ ਕੋਈ ਰਹਿ ਗਿਆ ਮਿਸ ਹੋ ਗਿਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਤੇ ਦੈਟ ਇਜ਼ ਇਟ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਚਾਓ ਅਰਵਿੰਦੇਸ਼ ਜੀ